Good morning, grade plus two. I hope you all are well and fit and fine at your home. Students, ਅੱਜ ਦੇ lecture ਵਿੱਚ ਅਸੀਂ ਕਰਾਂਗੇ ਨੰਦ ਲਾਲ ਨੂਰਪੁਰੀ ਜੀ ਦੀ ਲਿਖੀ ਹੋਈ ਕਵਿਤਾ ਚੁੰਮ ਚੁੰਮ ਰੱਖੋ। ਪਿਆਰੇ ਵਿਦਿਆਰਥੀਓ, ਨੰਦ ਲਾਲ ਨੂਰਪੁਰੀ ਜੋ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਹਨ। ਨੰਦ ਲਾਲ ਨੂਰਪੁਰੀ ਜੀ ਦਾ ਜਨਮ 1906 ਈਸਵੀ ਵਿੱਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿਖੇ ਹੋਇਆ। ਬਿਸ਼ਨ ਸਿੰਘ ਜੀ ਦੇ ਘਰ ਆਪ ਜੀ ਦਾ ਜਨਮ ਹੋਇਆ। ਆਪ ਨੇ ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਲਾਇਲਪੁਰ ਤੋਂ ਉਹਨਾਂ 10ਵੀਂ ਅਤੇ MF ਤੱਕ ਦੀ ਵਿਦਿਆ ਹਾਸਲ ਕੀਤੀ। ਉਹ ਨੌਕਰੀ ਕਰਦੇ ਸੀ ਬੀਕਾਨੇਰ ਵਿਖੇ ਥਾਣੇਦਾਰ ਦੀ, ਪਰੰਤੂ ਉਹਨਾਂ ਨੂੰ ਨੌਕਰੀ ਰਾਸ ਨਾ ਆਈ। ਇਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਪ ਫਰੀਦਕੋਟ ਅਤੇ ਫਿਰ ਜਲੰਧਰ ਆ ਗਏ ਅਤੇ ਆਪਣੀ ਮੌਤ ਤੱਕ ਇੱਥੇ ਹੀ ਮਾਡਲ ਹਾਊਸ ਵਿਖੇ ਰਹੇ। ਸੋ ਪਿਆਰੇ ਵਿਦਿਆਰਥੀ, ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗੀ ਕਿ ਜਲੰਧਰ ਦੇ ਮਾਡਲ ਹਾਊਸ ਵਿਖੇ ਹੀ ਇਹ ਇਹਨਾਂ ਨੇ ਕਿੰਨਾ ਸਮਾਂ ਆਪਣਾ ਗੁਜ਼ਾਰਿਆ। ਨੰਦ ਲਾਲ ਨੂਰਪੁਰੀ ਜੋ ਕਿ ਆਰਥਿਕ ਤੰਗੀ ਦੇ ਵਿੱਚੋਂ ਆਪਣਾ ਸਮਾਂ ਜਿਹੜਾ ਗੁਜ਼ਾਰ ਰਹੇ ਸਨ, ਤੇ ਉਹ ਆਰਥਿਕ ਤੰਗੀਆਂ ਤੋਂ ਉਹਨਾਂ ਨੇ ਘਬਰਾ ਕੇ ਬੱਚੇ 13 ਮਈ 1966 ਨੂੰ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪਰੰਤੂ ਨੰਦ ਲਾਲ ਨੂਰਪੁਰੀ ਦੇ ਗੀਤ ਅੱਜ ਵੀ ਲੋਕਾਂ ਦੇ ਜ਼ੁਬਾਨ ਤੱਕ ਉਸੇ ਹੀ ਤਰ੍ਹਾਂ ਨੇ। ਨੂਰਪੁਰੀਆ, ਚੰਗਿਆੜੇ, ਵੰਗਾ, ਜਿਉਂਦਾ ਪੰਜਾਬ, ਸਵਾਗਤ, ਪੰਜਾਬ ਬੋਲਿਆ, ਆਖਰੀ ਸਵਾਗਤ, ਨੂਰਪੁਰੀ ਦੇ ਗੀਤ ਆਦਿ ਆਪ ਦੀਆਂ ਕਵਿਤਾਵਾਂ ਗੀਤ ਅਤੇ ਗੀਤਾਂ ਦੇ ਸੰਗ੍ਰਹਿ ਹਨ। ਨੂਰਪੁਰੀ ਬਹੁਤ ਸਾਰੇ ਗੀਤ ਰਿਕਾਰਡ ਹੋਏ। ਭਗਤ ਸਿੰਘ ਦੀ ਸ਼ਹੀਦੀ ਬਾਰੇ ਲਿਖਿਆ ਆਪ ਦਾ ਗੀਤ ਮੈਂ ਵਤਨ ਦਾ ਸ਼ਹੀਦ ਬਹੁਤ ਪ੍ਰਸਿੱਧ ਹੋਇਆ ਤੇ ਆਪ ਜੀ ਦੀ ਗਾਈ ਕਵਿਤਾ ਚੁੰਮ ਚੁੰਮ ਰੱਖੋ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਅਤੇ ਜੁਝਾਰ ਦੇ ਯੁੱਧ ਉਪਰੰਤ ਵਾਪਸੀ ਦੀ ਉਡੀਕ ਬਾਰੇ ਮਾਤਾ ਗੁਜਰੀ ਦੇ ਮਨ ਦੇ ਭਾਵ ਤੇ ਬਲਬਲਿਆਂ ਨੂੰ ਬਿਆਨ ਕੀਤਾ ਹੈ। ਸਭ ਤੋਂ ਪਹਿਲਾਂ ਬੱਚੇ, ਜਿਦਾਂ ਅਸੀਂ ਅੱਜ ਇਸ ਕਵਿਤਾ ਦੀ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ, ਸਭ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਇਸਦਾ ਪ੍ਰਸੰਗ ਦੱਸ ਦੇਣਾ ਚਾਹਾਂਗੀ ਕਿ ਇਹਦੇ ਵਿੱਚ ਤੁਸੀਂ ਲਿਖਣਾ ਹੈ ਕਿ ਇਹ ਕਾਵਿ 17 ਲਾਜ਼ਮੀ ਪੰਜਾਬੀ ਭਾਗ 12 ਨਾਮ ਦੀ ਪਾਠ ਪੁਸਤਕ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਗੀਤ ਚੁੰਮ ਚੁੰਮ ਰੱਖੋ ਵਿੱਚੋਂ ਲਈਆਂ ਗਈਆਂ ਹਨ। ਇਸ ਗੀਤ ਵਿੱਚ ਮਾਤਾ ਗੁਜਰੀ ਜੀ ਵੱਲੋਂ ਜੰਗ ਨੂੰ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਯੁੱਧ ਤੋਂ ਵਾਪਸ ਆਉਣ ਦੀ ਉਡੀਕ ਅਤੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਗਟਾਇਆ ਗਿਆ ਹੈ। ਇਹਨਾਂ ਸਤਰਾਂ ਵਿੱਚ ਜੰਗ ਨੂੰ ਗਏ ਸਾਹਿਬਜ਼ਾਦਿਆਂ ਦੀ ਉਡੀਕ ਦਾ ਵਰਣਨ ਕੀਤਾ ਗਿਆ ਹੈ। ਹਾਂਜੀ, ਪਹਿਲੀਆਂ ਸਤਰਾਂ ਦੇ ਵਿੱਚ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ, ਜੰਗ ਵਿੱਚੋਂ ਲੜ ਸਿਪਾਹੀ ਮੇਰੇ ਆਉਣਗੇ, ਚੰਨਾ ਦੀਆਂ ਚਿਹਰਿਆਂ ਤੇ ਚੰਨ ਮੁਸਕਰਾਉਣਗੇ। ਹੁਣ ਇੱਥੇ ਮਾਤਾ ਗੁਜਰੀ ਜੀ ਸਾਹਿਬਜ਼ਾਦਾ ਜੁਝਾਰ ਜੀ ਦੀ ਕਲਗੀ ਨੂੰ ਚੁੰਮ ਚੁੰਮ ਰੱਖਣ ਅਤੇ ਫੁੱਲਾਂ ਨਾਲ ਹੀਰਿਆਂ ਦੇ ਹਾਰ ਦੀ ਲੜੀ ਗੁੰਦਣ ਲਈ ਆਖਦੇ ਹਨ। ਜੰਗ ਨੂੰ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਉਡੀਕ ਵਿੱਚ ਮਾਤਾ ਗੁਜਰੀ ਜੀ ਆਖਦੇ ਹਨ ਕਿ ਉਸ ਦੇ ਬਹਾਦਰ ਸਿਪਾਹੀ ਅਰਥਾਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਚਮਕੌੜ ਦੀ ਗਲੀ ਵਿੱਚੋਂ ਲੜ ਕੇ ਆਉਣਗੇ ਤਾਂ ਉਹਨਾਂ ਚੰਨ ਵਰਗੇ ਬੱਚਿਆਂ ਦੇ ਚਿਹਰਿਆਂ ਤੇ ਮੁਸਕਰਾਉਂਦੇ ਹੋਏ ਚੰਨ ਦਿਖਾਈ ਦੇਣਗੇ, ਅਥਵਾ ਉਹਨਾਂ ਦੇ ਜਿਹੜੇ ਹੈ ਚਿਹਰੇ ਦੇ ਉੱਤੇ ਖੁਸ਼ੀ ਹੋਏਗੀ। ਵਿਹੜੇ ਵਿੱਚ ਠਾਠਾ ਮਾਰ ਖੁਸ਼ੀ ਸੰਸਾਰ ਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਹੁਣ ਇਹਦੇ ਚ ਕਹਿੰਦੇ ਵਿਹੜੇ ਵਿੱਚ ਉਹ ਜਦੋਂ ਆਣਗੇ ਠਾਠਾ ਮਾਰਦੇ, ਖੁਸ਼ੀ ਦੇ ਵਿੱਚ ਲਲਕਾਰੇ ਮਾਰਦੇ, ਮਾਤਾ ਗੁਜਰੀ ਸਾਹਿਬਜ਼ਾਦਾ ਅਜੀਤ ਤੇ ਜੁਝਾਰ ਦੀ ਜਿਹੜੀ ਕਲਗੀ ਆ ਉਹਨੂੰ ਸਾਂਭ ਕੇ ਰੱਖਣ ਦੇ ਲਈ ਕਹਿ ਰਹੀ ਹੈ। ਕੂਲੇ ਕੂਲੇ ਹੱਥਾਂ ਕਿਰਪਾਨਾਂ ਵਿੱਚ ਗੋਰੀਆਂ, ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ, ਕੱਲ ਨੇ ਸਵੇਰੇ
ਦੀਆਂ ਜੋੜੀਆਂ ਮੈਂ ਤੋਰੀਆਂ, ਕੱਲ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ, ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰ ਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਇਸ ਵਿੱਚ ਬੱਚੇ ਕਵੀ ਕਹਿ ਰਿਹਾ ਹੈ ਕਿ ਜੰਗ ਨੂੰ ਗਏ ਸਾਹਿਬਜ਼ਾਦਿਆਂ, ਅਜੀਤ ਅਤੇ ਜੁਝਾਰ ਦਾ ਜ਼ਿਕਰ ਕਰਦੇ ਹੋਏ ਮਾਤਾ ਗੁਜਰੀ ਜੀ ਆਖਦੇ ਹਨ, ਉਹਨਾਂ ਦੇ ਕੂਲੇ ਕੂਲੇ ਹੱਥਾਂ ਵਿੱਚ ਗੋਰੀਆਂ ਅਥਵਾ ਚਮਕ ਦੀਆਂ ਕਿਰਪਾਨਾਂ ਹਨ। ਮਾਤਾ ਗੁਜਰੀ ਜੀ ਆਖਦੇ ਹਨ ਕਿ ਉਹਨਾਂ ਨੇ ਜੰਗ ਲਈ ਕੱਲ ਸਵੇਰ ਦੀਆਂ ਹੀ ਜੋੜੀਆਂ ਭਾਵ ਅਜੀਤ ਅਤੇ ਜੁਝਾਰ ਜੋ ਤੋੜੇ ਹਨ। ਮਾਤਾ ਜੀ ਆਖਦੇ ਹਨ ਕਿ ਉਹ ਇਹਨਾਂ ਦਾ ਵਿਛੋੜਾ ਪਲ ਵੀ ਨਹੀਂ ਸਹਾਰ ਸਕਦੇ। ਮਾਤਾ ਗੁਜਰੀ ਸਹਿਬਜ਼ਾਦਾ ਜੁਝਾਰ ਦੀ ਕਲਗੀ ਨੂੰ ਚੁੰਕੇ ਰੱਖਣ ਲਈ ਅਰਦਾਸ ਅਰਜੋਈ ਕਰਦੇ ਹਨ। ਘੋੜੀਆਂ ਦੇ ਪੋੜ ਜਦ ਕੰਨਾਂ ਸੁਨੇ ਵੱਜਦੇ, ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ, ਲਹੂ ਵਿੱਚ ਭਿੱਜੀ ਘੋੜੀ ਵੇਖ ਭੱਬਾ ਮਾਰਦੀ, ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰਦੀ। ਇਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਉਡੀਕ ਹੈ ਕਿ ਉਹਨਾਂ ਦੇ ਸਾਹਿਬਜ਼ਾਦੇ ਜੋ ਕਿ ਜੰਗ ਦੇ ਮੈਦਾਨ ਤੋਂ ਵਾਪਸ ਆਉਣਗੇ, ਪਰੰਤੂ ਸਾਹਿਬਜ਼ਾਦਿਆਂ ਦੇ ਜੰਗ ਤੋਂ ਵਾਪਸ ਆਉਣ ਦੀ ਉਡੀਕ ਦੇ ਪ੍ਰਸੰਗ ਵਿੱਚ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਦੋਂ ਘੋੜੀਆਂ ਦੇ ਖੋੜ ਮਤਲਬ ਉਹਨਾਂ ਦੇ ਖੁਰਾਂ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ, ਤਾਂ ਉਹਨਾਂ ਦੇ ਨੈਣ ਅੱਖਾਂ ਜਿਹੜੀਆਂ ਹੈ ਸਾਹਿਬਜ਼ਾਦਿਆਂ ਨੂੰ ਦੇਖਣ ਨੂੰ ਬੂਹੇ ਵੱਲ ਭੱਜਦੀਆਂ ਹਨ, ਭਾਵ ਉਹ ਆਪਣੇ ਆਪ ਨੂੰ ਦੇਖਣ ਲਈ ਬੂਹੇ ਵਿੱਚ ਸਾਹਿਬਜ਼ਾਦਿਆਂ ਨੂੰ ਦੇਖਣ ਲਈ ਬੂਹੇ ਵੱਲ ਭੱਜਦੇ ਹਨ, ਪਰ ਉਹ ਬੂਹੇ ਤੇ ਲੂਹੇ ਲਹੂ ਨਾਲ ਭਿੱਜੀ ਹੋਈ ਭੱਬਾ ਮਾਰਦੀ ਘੋੜੀ ਦੇਖਦੇ ਹਨ। ਮਾਤਾ ਗੁਜਰੀ ਜੀ ਸਾਹਿਬਜ਼ਾਦਾ ਅਜੀਤ ਤੇ ਜੁਝਾਰ ਦੀ ਜਿਹੜੀ ਕਲਗੀ ਨੂੰ ਚੁੰਮ ਕੇ ਰੱਖਣ ਦੇ ਲਈ ਬੇਨਤੀ ਅਰਜੋਈ ਕਰ ਰਹੀ ਹੈ। ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ, ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ। ਇਸ ਦੇ ਵਿੱਚ ਮਾਤਾ ਗੁਜਰੀ ਜੀ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰਾਂ ਸਾਹਿਬਜ਼ਾਦਿਆਂ ਅਜੀਤ ਅਤੇ ਜੁਝਾਰ ਦੀ ਜੰਗ ਦੇ ਵਿਛੋੜੇ ਤੋਂ ਵਾਪਸ ਆਉਣ ਦੀ ਉਡੀਕ ਵੀ ਸਨ, ਪਰ ਉਹਨਾਂ ਦੇ ਲਹੂ ਨਾਲ ਭਿੱਜੀ ਹੋਈ ਜਿਹੜੀ ਘੋੜੀ ਹੈ, ਭੱਬਾ ਮਾਰਦੀ ਹੋਈ ਘੋੜੀ ਹੈ, ਉਹਨਾਂ ਦੀ ਘੋੜੀ ਦੀ ਜਿਹੜੀ ਕਾਠੀ ਹੈ ਉਹਦੇ ਤੇ ਖੂਨ ਲੱਗਾ ਹੈ, ਉਹ ਮਾਤਾ ਜੀ ਨੂੰ ਸਭ ਕੁਛ ਦੱਸ ਰਹੀ ਹੈ ਕਿ ਉਹਨਾਂ ਦਾ ਜੋੜਾ ਹੁਣ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਜਾ ਵਸਿਆ ਹੈ ਅਥਵਾ ਉਹਨਾਂ ਦੇ ਬੱਚੇ ਸ਼ਹੀਦ ਹੋ ਗਏ ਹਨ। ਇਸ ਲਈ ਉਹਨਾਂ ਨੂੰ ਹੰਸਾਂ ਦੀ ਡਾਰ ਵਰਗੀ ਇਸ ਖੂਬਸੂਰਤ ਜੋੜੀ ਦੀ ਉਡੀਕ ਛੱਡ ਦੇਣੀ ਚਾਹੀਦੀ ਹੈ। ਮਾਤਾ ਗੁਜਰੀ ਜੀ ਸਾਹਿਬਜ਼ਾਦਾ ਅਜੀਤ ਤੇ ਜੁਝਾਰ ਦੀ ਜਿਹੜੀ ਕਲਗੀ ਚੁੰਮ ਕੇ ਰੱਖਦੇ ਹਨ, ਚੁੰਮ ਚੁੰਮ ਕੇ ਰੱਖਦੇ ਹਨ।